चंडीगढ़ के एक सीनियर वकील की कार चो मिलिया 1.5 किलो गांजा। पंजाब अते हरियाणा हाई कोर्ट बार एसोसीएशन लिया सख्त स्टैंड। पंजाब अते हरियाणा दिया कई जिला बार एसोसीएशन भी भारी गुस्सा ते विरोध ते नाल दी नाल क्या जा रहा बार एसोसीएशन वालों के पूरा मसला प्लांटड सी, किसी की साज सी ते वकील नूं उहदे काम काज रोकण दे जतन सन। तुसी देख रहे हो ABC पंजाब, ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਇੱਕ ਬਹੁਤ ਹੀ ਗੰਭੀਰ ਮਸਲਾ ਉੱਠਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਕੰਮ ਕਰਦੇ ਇੱਕ ਸੀਨੀਅਰ ਵਕੀਲ ਅਸ਼ੋਕ ਸਹਿਗਲ ਨੂੰ ਲੈ ਕੇ। ਉਹਨਾਂ ਦੀ ਗੱਡੀ ਦੇ ਵਿੱਚ ਚੰਡੀਗੜ੍ਹ ਪੁਲਿਸ ਨੂੰ 1.5 ਕਿਲੋ ਗਾਂਜਾ ਮਿਲਿਆ ਔਰ ਇਸ ਦੇ ਵਿਰੋਧ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨਾਂ ਨੇ ਇੱਕ ਸੱਦਾ ਦਿੱਤਾ ਕਿ ਸਰਾਸਰ ਇੱਕ ਸਾਜਿਸ਼ ਆ, ਉਹਨਾਂ ਨੂੰ ਕੰਮ ਕਰਨ 'ਚ ਅੜਚਣ ਡਾਈ ਜਾ ਰਹੀ ਆ। ਪੂਰਾ ਮਸਲਾ ਕੀ ਆ, ਅਸ਼ੋਕ ਸਹਿਗਲ ਹੋਣਾ ਦੇ ਨੇ ਦੱਸਿਆ ਬਾਰ ਐਸੋਸੀਏਸ਼ਨ ਨੂੰ ਅਤੇ ਸਾਡੀ ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਜਿਹੜੀ ਆ ਵਕੀਲਾਂ ਦੀ, ਉਹਨਾਂ ਦੇ ਜਿਹੜੇ ਪ੍ਰਧਾਨ ਨੇ ਸੰਤੋਖ ਇੰਦਰ ਸਿੰਘ ਨਾਭਾ, ਉਹਨਾਂ ਦੇ ਨਾਲ ਗੱਲਬਾਤ ਹੋਈ ਆ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ ਪਹਿਲਾਂ ਪੁਲਿਸ ਪਹੁੰਚਦੀ ਹੈਗੀ ਆ ਕਿ ਕੋਈ ਸ਼ਹਿਰ ਦੇ ਵਿੱਚ ਐਕਸੀਡੈਂਟ ਹੋਇਆ, ਉੱਦਾਂ ਦੀ ਹੀ ਗੱਡੀ ਦਾ ਜਿਹੜਾ ਨੰਬਰ ਤੁਹਾਡੀ ਗੱਡੀ ਦਾ ਨਾਲ ਨੰਬਰ ਮੈਚ ਕਰਦਾ ਅਤੇ ਗੱਡੀ ਦੀ ਤਲਾਸ਼ੀ ਲੈਣੀ ਹੈਗੀ ਆ, ਕਿਉਂਕਿ ਵਕੀਲ ਆ ਉਹਨਾਂ ਨੇ ਤਲਾਸ਼ੀ ਲੈਣ ਦਿੱਤੀ ਹੈਗੀ ਕਿ ਜੇ ਤੁਹਾਨੂੰ ਕੋਈ ਸ਼ੱਕ ਆ ਤੁਸੀਂ ਆਪਣਾ ਸ਼ੱਕ ਬਾਹਰ ਕੱਢ ਸਕਦੇ, ਸ਼ੱਕ ਦੂਰ ਕਰ ਸਕਦੇ ਹੋ। ਫਿਰ ਜੋ ਸੰਤੋਖ ਇੰਦਰ ਸਿੰਘ ਨਾਭਾ ਦੱਸ ਰਹੇ ਨੇ ਕਿ ਅਸ਼ੋਕ ਸਹਿਗਲ ਹੋਣਾ ਨੂੰ ਫਿਰ ਰਾਤ 9:30 ਵਜੇ ਇੱਕ ਫਿਰ ਪੁਲਿਸ ਪਾਰਟੀ ਪਹੁੰਚਦੀ ਆ ਕਿ ਤੁਹਾਡੀ ਗੱਡੀ ਦੀ ਦੁਬਾਰਾ ਤਲਾਸ਼ੀ ਲੈਣੀ। ਉਹਨਾਂ ਕਿਹਾ ਕਿ ਉਹ ਪਹਿਲਾਂ ਹੀ ਤਲਾਸ਼ੀ ਦੇ ਚੁੱਕੇ, ਜੇ ਫਿਰ ਵੀ ਤੁਹਾਨੂੰ ਕੋਈ ਸ਼ੱਕ ਆ ਤਾਂ ਤੁਸੀਂ ਤਲਾਸ਼ੀ ਲੈ ਸਕਦੇ। ਅਤੇ ਜਦ ਪੁਲਿਸ ਪਾਰਟੀ ਜਿਹੜੀ ਰਾਤ 9:30 ਵਜੇ ਦੇ ਕਰੀਬ ਆਈ, ਦੇਖਿਆ ਤਾਂ ਪਿਛਲੀ ਸੀਟ 'ਤੇ 1.5 ਕਿਲੋ ਗਾਂਜਾ ਪਿਆ ਸੀ, ਜਿਸ ਕਰਕੇ ਪੁਲਿਸ ਉਹਨਾਂ ਦੀ ਗੱਡੀ ਨਾਲ ਜ਼ਬਤ ਕਰਕੇ ਲੈ ਗਈ। ਪਰ ਇਹ ਪੂਰਾ ਮਸਲਾ ਹੁਣ ਇਸ ਕਰਕੇ ਬਾਰ ਐਸੋਸੀਏਸ਼ਨ ਨੇ ਸਖ਼ਤ ਸਟੈਂਡ ਲੈ ਲਿਆ ਕਿ ਜਦ ਪੁਲਿਸ ਪਾਰਟੀ ਪਹਿਲਾਂ ਹੀ ਤਲਾਸ਼ੀ ਲੈ ਚੁੱਕੀ ਆ, ਫਿਰ ਉਹਨਾਂ ਦੀ ਗੱਡੀ ਦੇ ਵਿੱਚ ਗਾਂਜਾ ਕਿਵੇਂ ਆਇਆ। ਕਈ ਤਰ੍ਹਾਂ ਦੇ ਹੁਣ ਸ਼ੱਕ ਪ੍ਰਗਟ ਕੀਤੇ ਜਾ ਰਹੇ ਨੇ। ਹੁਣ ਇਹ ਮਸਲਾ ਕਿ ਪੂਰਾ ਪੰਜਾਬ 'ਚ ਵੀ ਪਹੁੰਚ ਗਿਆ, ਹਰਿਆਣੇ ਦੇ ਵਿੱਚ ਵੀ ਪਹੁੰਚ ਗਿਆ, ਅਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਉਹਨਾਂ ਨੇ ਅੱਜ ਕੋਈ ਵੀ ਜਿਹੜਾ ਕੰਮ ਕਾਜ ਨਹੀਂ ਕਰਨ ਦਾ ਫੈਸਲਾ ਕੀਤਾ ਗਿਆ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਵਕੀਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ, ਵਕੀਲਾਂ ਦੇ ਕੰਮ 'ਚ ਅੜਚਣ ਡਾਈ ਜਾ ਰਹੀ ਆ, ਰੋੜਾ ਡਾਏ ਜਾ ਰਹੇ ਨੇ ਉਹਨਾਂ ਨੂੰ, ਉਹਨਾਂ ਦੇ ਖਿਲਾਫ਼ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹੈਗੀਆਂ। ਇਸ ਕਰਕੇ ਉਹ ਇੱਕ ਰੋਜ਼ਾ ਕੰਮ ਨਹੀਂ ਕਰਨਗੇ ਔਰ ਜਿਸ ਨੇ ਵਕੀਲ ਨੇ ਵੀ ਅੱਜ ਇਹ ਕੰਮ ਕੀਤਾ, ਕਿਸੇ ਵੀ ਕੇਸ ਦੀ ਪੈਰਵਾਈ ਕੀਤੀ ਗਈ, ਉਹਦੇ ਖਿਲਾਫ਼ ਸਖ਼ਤ ਸਟੈਂਡ ਵੀ ਲਿਆ ਜਾਊਗਾ ਅਤੇ ₹10,000 ਉਹਨਾਂ ਨੂੰ ਜੁਰਮਾਨਾ ਵੀ ਪਾਇਆ ਜਾਏਗਾ। ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਇਸ ਫੈਸਲੇ ਦਾ ਸਪੋਰਟ ਪੰਜਾਬ ਅਤੇ ਹਰਿਆਣਾ ਦੀਆਂ ਬਹੁਤ ਸਾਰੀਆਂ ਬਾਰ ਐਸੋਸੀਏਸ਼ਨਾਂ ਨੇ ਵੀ ਮਦਦ ਕਰਨ ਦਾ ਐਲਾਨ ਕਰ ਦਿੱਤਾ, ਉਹਨਾਂ ਦੇ ਹਮਾਇਤ 'ਚ ਉਤਰ ਆਈਆਂ, ਜਿਨ੍ਹਾਂ 'ਚ ਪੰਚਕੂਲਾ, ਮੋਹਾਲੀ, ਲੁਧਿਆਣਾ, ਹੁਸ਼ਿਆਰਪੁਰ, ਡੇਰਾਬੱਸੀ, ਅੰਮ੍ਰਿਤਸਰ, ਨਵਾਂਸ਼ਹਿਰ, ਫਾਜ਼ਿਲਕਾ, ਸਮਾਲਖਾਂ, ਜਲਾਲਾਬਾਦ, ਤਰਨ ਤਾਰਨ, ਹਾਥਿੰਡ, ਪਲੱਥ, ਇੱਥੋਂ ਤੱਕ ਕਿ ਕੈਟ ਅਤੇ DRT ਦੀਆਂ ਜਿਹੜੀਆਂ ਐਸੋਸੀਏਸ਼ਨ ਆ ਉਹ ਵੀ ਵਕੀਲਾਂ ਦੇ ਹੱਕ ਵਿੱਚ ਆ ਚੁੱਕੇ ਨੇ, ਅਸ਼ੋਕ ਸਹਿਗਲ ਦੇ ਹੱਕ ਵਿੱਚ ਆ ਚੁੱਕੇ ਨੇ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਬਾਰ ਐਸੋਸੀਏਸ਼ਨ ਨੇ ਹੁਣ ਜਿਹੜਾ ਸਖ਼ਤ ਸਟੈਂਡ ਲਿਆ ਉਹਦੇ 'ਚ ਕਿਹਾ ਕਿ ਉਹਨਾਂ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ, SSP ਨੂੰ ਕਿਹਾ ਚੰਡੀਗੜ੍ਹ ਨੂੰ ਕਿ ਪੂਰੇ ਮਸਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ, ਕਿਉਂਕਿ ਬਾਰ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਪੂਰੀ ਇਹ ਘਟਨਾ ਨਿੰਦਣਯੋਗ ਆ ਅਤੇ ਨਾ ਹੀ ਸਵੀਕਾਰਯੋਗ ਆ, ਕਿਉਂਕਿ ਇੱਕ ਪੁਲਿਸ ਪਾਰਟੀ ਜਾ ਕੇ ਤਲਾਸ਼ੀ ਕਰਦੀ ਹੈ, ਫਿਰ ਰਾਤ ਨੂੰ ਉਹੀ ਪਾਰਟੀ ਇੱਕ ਹੋਰ ਆ ਜਾਂਦੀ ਅਤੇ ਉਹ ਗੱਡੀ ਦੇ ਵਿੱਚੋਂ ਡਰੱਗ ਫੜੀ ਜਾਂਦੀ ਹੈ, ਗਾਂਜਾ ਫੜਿਆ ਜਾਂਦਾ। ਇਸ ਕਰਕੇ ਪੂਰਾ ਵਕੀਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਪਹਿਲਾਂ ਵੀ 2-3 ਇੱਦਾਂ ਦੇ ਇੰਸੀਡੈਂਟ ਹੋ ਚੁੱਕੇ ਨੇ, ਵਕੀਲਾਂ ਦੇ ਕੰਮਕਾਜ ਨੂੰ ਰੋਕਿਆ ਜਾ ਰਿਹਾ, ਰੋਕਣ ਦੇ ਯਤਨ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਵਕੀਲਾਂ ਦੇ ਲਗਾਤਾਰ ਹਮਲੇ ਹੋ ਰਹੇ ਨੇ ਅਤੇ ਝੂਠੇ ਕੇਸਾਂ 'ਚ ਫਸਾਉਣ ਦੀ ਸਾਜ਼ਿਸ਼ ਵੀ ਕੀਤੀ ਜਾ ਰਹੀ ਆ, ਅਤੇ ਉਹਨਾਂ ਨੇ ਤੱਥ, ਸਬੂਤ ਅਤੇ CCTV ਦਾ ਹਵਾਲਾ ਦੇ ਕੇ ਕਿਹਾ ਕਿ ਇਹ ਪੂਰੇ ਮਸਲੇ ਦੀ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਪਹਿਲਾਂ ਪੁਲਿਸ ਪਾਰਟੀ ਆਉਂਦੀ ਆ, ਉਹਨਾਂ ਨੂੰ ਕੁਛ ਨਹੀਂ ਮਿਲਦਾ, ਫਿਰ ਰਾਤ ਨੂੰ ਉਹੀ ਪਾਰਟੀ ਆਉਂਦੀ ਅਤੇ ਫਿਰ ਕਿਵੇਂ ਗਾਂਜਾ ਮਿਲ ਜਾਂਦਾ। ਉਹਨਾਂ ਨੇ ਸੰਤੋਖ ਇੰਦਰ ਸਿੰਘ ਨਾਭਾ ਨੇ ਕਿਹਾ ਕਿ ਅਸ਼ੋਕ ਸਹਿਗਲ ਨੇ ਵੀ ਕਿਹਾ ਕਿ ਜੇ ਉਹਨਾਂ ਨੇ ਗੱਡੀ 'ਚ ਗਾਂਜਾ ਸ਼ਰੇਆਮ ਰੱਖਿਆ ਹੁੰਦਾ ਤਾਂ ਲੁਕਾ ਵੀ ਸਕਦੇ ਸੀ, ਅਤੇ ਫਿਰ ਉਹਨਾਂ ਨੂੰ ਇੱਕ ਪੁਲਿਸ ਪਾਰਟੀ ਆਉਂਦੀ ਹੈ ਤਾਂ ਕਿਵੇਂ ਗੱਡੀ ਦੇ ਵਿੱਚ ਕੌਣ ਓਪਨਲੀ ਇੱਦਾਂ ਦਾ ਡਰੱਗ ਰੱਖ ਸਕਦੇ, ਕੋਈ ਗਾਂਜਾ ਰੱਖ ਸਕਦਾ ਇਹਨੇ। ਇਹ ਸਰਾਸਰ ਉਹਨਾਂ ਦੇ ਇਲਜ਼ਾਮ ਨੇ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ, ਫਸਾਉਣ ਦੀ ਕੋਸ਼ਿਸ਼ ਆ, ਅਤੇ ਹੁਣ ਇਸ ਮਸਲੇ 'ਚ ਪੂਰੇ ਦੇ ਪੂਰੇ ਪੰਜਾਬ ਅਤੇ ਹਰਿਆਣਾ ਦੇ ਵਕੀਲ ਇਕੱਠੇ ਹੋ ਗਏ ਨੇ। ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੇਕਰ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਪਬਲਿਕ ਲਿਟੀਗੇਸ਼ਨ ਵੀ ਪਾਉਣੀ ਪਈ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
और क्योंकि उन्हें यह भी कहा कि दो तीन जिहड़े घटना वापर चुकी आ इस मसले च जे वकील दे काम काज दे विच अड़चन डाई जा रही है रूड़े डाई जा रहे तो इस मतलब क्रिमिनल कंटैंप ऑफ कोर्ट समझी जाए कि एक अदालत की हद तक समझी जाए क्योंकि जिहड़ा वकील हुंदा वो अदालत दे विच कोर्ट इन अफसर उन्हूं कहिंदे हैगे ने तो इस करके वकीलों के काम काज नूं प्रभावित करन दे जतन किए जा रहे बदनाम करन दे जतन किए जा रहे कोशिश उन्हां नूं साजिश उन्हां दे खिलाफ की जा रही तो हूँ जेड़े भी अज पंजाब ते हरियाणा च वायलेशन करनगे कि बार एसोसीएशन दे हुक्म अदूली करनगे उन्हां वकीलों नूं 10,000 रुपए का जुर्माना भी ठोकया जाएगा। हुण चंडीगढ़ के सैक्टर 15 दे विच रहिंदे ने एडवोकेट सीनियर एडवोकेट अशोक सहगल बहुत ही सीनियर वकील ने और उन्हां दे नाल ही पूरी घटना वापरी हैगी है कि उन्हां दे घर पहलां पुलिस पहुँचदी है दोपहर वेले कि तुहाडी गड्डी दे नाल तलाशी लैणी जी क्योंकि एक एक्सीडेंट होया शहर दे विच उह तलाशी पूरी गड्डी की करवाते हैं लेकिन रात को पुलिस पार्टी पहुँची दो संतोख सिंह इंद्र जो संतोख इंद्र सिंह नाभा सानू दस रहे हैं ये पूरा मसला कल का है इस करके पूरी दे पूरी जिहड़े वकील ने वो काफ़ी खफा ने नाराज ने निराश ने कि आखिर क्यों वकीलों को टारगेट किया जा रहा क्यों वकीलों को बदनाम किया जा रहा क्यों वकीलों के खिलाफ साजिशां घड़ियां जा रही ने तो कुल मिला के हुण चंडीगढ़ पुलिस ने उन्होंने भरोसा भी दिता है कि जदों दोपहर नूं तलाशी हो जाती फिर रात पुलिस फिर देर रात पहुँचती हैगी तो फिर अचानक गड्डी दे विचों गांजा किवें निकलता है तो इस मसले दे विच हुण पूरा मसला काफ़ी उलझदार दिखाई दे रहा तो हुण देखते हैं कि इस मसले की की निरपक्ष जांच होगी लेकिन जो असी पंजाब ते हरियाणा हाई कोर्ट बार एसोसीएशन के प्रेजिडेंट संतोख इंद्र सिंह नाभा दे नाल गलबात की आ वो इस मसले ते तुसीं जरूर सुनो। नब साहब पूरा मसला की है जिहड़ा अशोक सहगल नूं लैके अज जिन्नी भी बार एसोसीएशन है पंजाब ते हरियाणा उन्होंने सारा अपना काम ठप करता है बेसिकली ये ना इशू सीगा जी फ्राइडे रात नूं ना जी इन्हां नूं पुलिस दे दो कांस्टेबल आए घरे इन्हां दे जी 2 बजे इन्हां नूं कहिंदे वी असीं तुहाडी कार दी ना चैकिंग करनी है ਜੀ ਇਹਨਾਂ ਨੇ ਪੁੱਛਿਆ ਵੀ ਕਿਉਂ ਕਰਨੀ ਆ ਕਹਿੰਦੇ ਜੀ ਕੋਈ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ ਉਹ ਸਿਮਿਲਰ ਨੰਬਰ ਤੁਹਾਡੀ ਗੱਡੀ ਨਾਲ ਮਿਲਦਾ ਜੁਲਦਾ ਨੰਬਰ ਟ੍ਰੇਸ ਹੋਇਆ ਤੇ ਅਸੀਂ ਦੇਖਣਾ ਹੈ ਜੀ ਉਹ ਆਏ ਇਹਨਾਂ ਨੇ ਗੱਡੀ ਚੈੱਕ ਕਰਵਾ ਕੇ ਚਲੇ ਗਏ ਤੇ ਉਹ ਵਾਪਸ ਚਲੇ ਗਏ ਜੀ ਰਾਤ ਨੂੰ ਫੇਰ 12:30-1 ਵਜੇ ਦੇ ਕਰੀਬ ਪੁਲਿਸ ਪਾਰਟੀ ਪੂਰੀ 20-25 ਜਣੇ ਆਏ ਤੇ ਆ ਕੇ ਕਹਿੰਦੇ ਜੀ ਗੱਡੀ ਚੈੱਕ ਕਰਨੀ ਆ ਉਹ ਕਹਿੰਦੇ ਤੋ 9 ਵਜੇ ਤਾਂ ਕਰਕੇ ਗਏ ਤੁਸੀਂ ਜੀ ਕਹਿੰਦੇ ਨਹੀਂ ਜੀ ਦੁਬਾਰਾ ਚੈੱਕ ਕਰ ਜੀ ਉਹ ਦੁਬਾਰਾ ਚੈੱਕ ਕੀਤੀ ਤਾਂ ਉਹ ਪਿੱਛੇ ਉਹ ਸੀਟ ਦੇ ਉੱਤੇ ਉਹ ਪਿਆ ਸੀਗਾ ਕੁਝ ਡਰੱਗਸ ਪਈਆਂ ਸੀਗੀਆਂ ਜੀ ਤੇ ਕਹਿੰਦੇ ਵੀ ਮੈਨੂੰ ਤਾਂ ਪਤਾ ਨਹੀਂ ਇਹ ਕੀ ਆ ਪਹਿਲਾਂ ਨਾਲੇ ਤੁਸੀਂ ਚੈੱਕ ਕਰਕੇ ਗਏ ਹੋ ਜੇ ਬਾਈ ਚਾਂਸ ਮੇਰੀ ਹੁੰਦੀ ਵੀ ਤਾਂ ਮੈਂ ਇਹਨੂੰ ਪਹਿਲਾਂ ਹੀ ਕੱਢ ਕੇ ਰੱਖ ਦਿੰਦਾ ਪਾਸੇ ਤੇ ਜੀ ਜੀ ਜਦੋਂ ਮੈਨੂੰ ਪਤਾ ਵੀ ਪੁਲਿਸ ਆ ਵੀ ਇਹ ਪਲਾਂਟਡ ਲੱਗਦਾ ਜੀ ਤਾਂ ਫਿਰ ਉਹ ਡੀ ਐਸ ਪੀ ਵੀ ਸਮਝ ਗਿਆ ਚੰਡੀਗੜ੍ਹ ਪੁਲਿਸ ਆਈ ਸੀ ਜੀ ਹਾਂਜੀ ਤੇ ਹੁਣ ਕੀ ਜਿਹੜੀ ਪੰਜਾਬ ਦੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਕੀ ਕੌਲ ਦਿੱਤੀ ਹੈਗੀ ਜੀ ਇਸ ਮਸਲੇ 'ਚ ਲੈ ਕੇ ਕੀ ਐਸੋਸੀਏਸ਼ਨ ਕੀ ਸਮਝਦੀ ਹੈਗੀ ਹੈ ਕੌਣ ਲੋਕ ਨੇ ਇਸ ਪਿੱਛੇ ਵਜ੍ਹਾ ਕੀ ਹੈ ਜੀ ਉਹ ਤਾਂ ਅਜੇ ਕੁਛ ਪਤਾ ਨਹੀਂ ਲੱਗ ਰਿਹਾ ਹੈਗਾ ਬਾਕੀ ਉਹ ਸੀਸੀਟੀਵੀ ਦੇ ਵਿੱਚ ਉਹਨਾਂ ਨੇ ਕੁਛ ਆਸੇ ਪਾਸੇ ਆਂਢੀਆਂ ਗੁਆਂਢੀਆਂ ਨੂੰ ਸੀਸੀਟੀਵੀ ਲਿਆ ਜੀ ਉਹਦੇ ਵਿੱਚ ਆਇਆ ਕੁਛ ਬਈ ਕੋਈ ਇਹਨਾਂ ਦੀ ਗੱਡੀ ਨੂੰ ਖੋਲ ਕੇ ਕੁਛ ਕਰਦਾ ਹੋਇਆ ਜੀ ਜੀ ਸਮਾਨ ਸਮੂਨ ਰੱਖਦਾ ਹੋਇਆ ਜੀ ਜੀ ਬਾਕੀ ਉਹ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਵੀ ਜਿਹੜਾ ਕਾਲਰ ਕਿਹੜਾ ਸੀਗਾ ਕੌਣ ਸੀਗਾ ਜਿਹਨੇ ਕਾਲ ਕੀਤੀ ਹੈ ਜੀ ਕਿਉਂਕਿ ਉਹ ਪੁਲਿਸ ਨੂੰ ਕਾਲ ਕੀਤੀ ਹੈ ਵੀ ਆ ਫਲਾਣੀ ਗੱਡੀ ਦੇ ਵਿੱਚ ਸਮਾਨ ਪਿਆ ਸੀ ਓਕੇ ਉਹਨੂੰ ਟ੍ਰੇਸ ਆਊਟ ਕਰ ਰਹੇ ਇਹ ਇਹ ਵੈਸੇ ਇਹ ਸ਼ੋਰ ਸੀ ਆਪਣੇ ਅਸ਼ੋਕ ਸਹਿਗਲ ਸਾਹਿਬ ਕਿ ਜਿਹੜੇ ਪਹਿਲਾਂ ਦੋ ਪੁਲਿਸ ਆਈ ਹੈ ਉਹ ਪੁਲਿਸ ਵਾਲੇ ਸੀ ਜਾਂ ਪੁਲਿਸ ਦੀ ਵਰਦੀ ਦੇ ਵਿੱਚ ਕੁਝ ਹੋਰ ਵੀ ਲੋਕ ਹੋ ਸਕਦੇ ਨਹੀਂ ਉਹਨਾਂ ਨੇ ਵੈਰੀਫਾਈ ਕਰ ਲਿਆ ਸੀ ਜਿਹੜੀ ਸੈਕਿੰਡ ਟੀਮ ਆਈ ਹੈ ਓਕੇ ਉਹਨਾਂ ਨੇ ਵੈਰੀਫਾਈ ਕਰ ਲਿਆ ਸੀ ਪੁਲਿਸ ਦੇ ਕਾਂਸਟੇਬਲ ਸੀ ਨਹੀਂ ਇੱਕ ਤੁਹਾਡੀ ਐਸੋਸੀਏਸ਼ਨ ਵੱਲੋਂ ਇਹ ਵੀ ਕਿਹਾ ਗਿਆ ਨਾ ਕਿ ਵਕੀਲਾਂ ਦੇ ਕੰਮਕਾਜ ਨੂੰ ਅੜਚਣ ਤੇ ਕ੍ਰਿਮਨਲ ਅੜਚਣ ਦੇ ਮਸਲੇ 'ਚ ਕ੍ਰਿਮਨਲ ਕੰਟੈਂਪ ਆਫ ਕੋਰਟ ਮੰਨਿਆ ਜਾਣਾ ਚਾਹੀਦਾ ਹੈਗਾ ਜੀ ਨਹੀਂ ਉਹ ਇਸ ਕੇਸ ਦੇ ਉਹ ਪਹਿਲਾਂ 1-2 ਇਨਸੀਡੈਂਟ ਹੋਏ ਆ ਉਹਨਾਂ ਦੇ ਰਿਗਾਰਡਿੰਗ ਸੀਗਾ ਓਕੇ ਤੇ ਉਹ ਫਿਰ ਉਹ ਕਲੈਕਟਿਵ ਅਸੀਂ ਡਿਸੀਜਨ ਲਿਆ ਨਾ ਪਹਿਲਾਂ ਵੀ 2-3 ਇਨਸੀਡੈਂਟ ਆਏ ਜੇ ਹੋਏ ਜੀ ਜੀ ਜੀ
ਤੇ ਹੁਣ ਹੁਣ ਜਿਹੜੀ ਤੁਹਾਡੀ ਕਾਲ ਏ ਮਤਲਬ ਪੰਜਾਬ ਤੇ ਹਰਿਆਣੇ ਦੇ ਜਿੰਨੇ ਵੀ ਬਾਰ ਐਸੋਸੀਏਸ਼ਨ ਆ ਉਹ ਸਾਰੇ ਅੱਜ ਵਰਕਿੰਗ ਨਹੀਂ ਹੋਣਗੇ, ਨਾਨ ਵਰਕਿੰਗ ਅੱਜ ਉਹਨਾਂ ਦੇ? ਨਹੀਂ, ਸਾਡੀ ਕਾਲ ਤਾਂ ਸਿਰਫ ਹਾਈ ਕੋਰਟ ਦੇ ਰਿਲੇਟਡ ਹੀ ਸੀਗੀ ਜੀ, ਸਿਰਫ ਹਾਈ ਕੋਰਟ ਦੇ ਰਿਲੇਟਡ ਹੀ ਸੀ ਸਾਡੀ ਕਾਲ ਤੋਂ ਬਾਰ ਐਸੋਸੀਏਸ਼ਨ ਹਾਈ ਦੀ ਤਾਂ। ਪਰ ਬਹੁਤ ਸਾਰੀਆਂ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੇ ਵੀ, ਹਾਂਜੀ ਹਾਂ ਉਹਨਾਂ ਨੇ, ਹਾਂਜੀ ਹਾਂਜੀ ਉਹਨਾਂ ਨੇ ਉਹ ਰੈਜ਼ੋਲੂਸ਼ਨ ਸਾਡੀ ਸਪੋਰਟ ਦੇ ਵਿੱਚ ਉਹ ਆਪਣੇ ਆਪ ਆ ਗਏ। ਅੱਛਾ, ਕੋਈ ਇਹ ਵੀ ਹੈ ਕਿ ਜਿਹੜੇ ਅੱਜ ਕੋਈ ਵੀ ਪ੍ਰੋਸੀਡਿੰਗ ਜਾਂ ਕੁਛ ਕਾਰਵਾਈ ਕਰੇਗਾ ਉਹਨੂੰ ਫਾਈਨ ਲਗਾਇਆ ਜਾਊਗਾ, ਕੁਛ ਇਦਾਂ ਦੀ ਵੀ ਕਾਲ ਹੈ ਜੀ? ਹਾਂ, ਸਾਡੇ ਵੱਲੋਂ ਹੈ ਕਿ ਜਿਹੜਾ ਵਾਇਲੇਟ ਕਰੂਗਾ ਰੈਜ਼ੋਲੂਸ਼ਨ ਨੂੰ ਜੀ ਉਹਦਾ 10,000 ਰੁਪਇਆ ਉਹਨੂੰ ਫਾਈਨ ਹੋਊਗਾ ਜੀ। ਚਲੋ ਠੀਕ ਹੈ, ਮਿਹਰਬਾਨੀ ਨਾਬ ਸਾਹਿਬ, ਬਹੁਤ ਸ਼ੁਕਰੀਆ ਜੀ। ਵੈਸੇ ਕੋਈ ਨਵੀਂ ਗੱਲ ਨਹੀਂ, ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਘਟਨਾਵਾਂ ਆਈਆਂ ਕਿ ਪੁਲਿਸ ਵਾਲੇ ਜਦੋਂ ਕਾਰਵਾਈ ਕਰਦੇ ਹੈਗੇ ਨੇ ਬੰਦੇ ਨੂੰ ਕਿਤੋਂ ਫੜਦੇ ਹੈਗੇ ਨੇ, ਬਰਾਂਦਮੀ ਕਿਤੇ ਦਿਖਾਉਂਦੇ ਹੈਗੇ ਨੇ ਬਹੁਤ ਸਾਰੇ, ਪਹਿਲਾਂ ਵੀ ਕਿ ਪੁਲਿਸ ਵਾਲੇ ਖੁਦ ਹੀ ਗੱਡੀਆਂ ਦੇ ਵਿੱਚ ਪੰਜਾਬ ਦੇ ਵਿੱਚ ਗੱਡੀਆਂ 'ਚ ਪਹਿਲਾਂ ਨਸ਼ਾ ਰੱਖਦੇ ਨੇ ਅਤੇ ਫਿਰ ਫੜ ਲੈਂਦੇ ਹੈਗੇ ਨੇ। ਚੰਡੀਗੜ੍ਹ 'ਚ ਪਹਿਲੀ ਵਾਰ ਕਹਾਣੀ ਦੇਖਣ ਨੂੰ ਮਿਲੀ ਹੈਗੀ, ਪਰ ਹੁਣ ਚੰਡੀਗੜ੍ਹ 'ਚ ਇੱਕ ਵਕੀਲ ਦਾ ਘਰ ਨਿਕਲਿਆ, ਖੁਦ ਇੱਕ ਬਹੁਤ ਹੀ ਸੀਨੀਅਰ ਵਕੀਲ ਨੇ ਔਰ ਵਕੀਲ ਅਤੇ ਪੁਲਿਸ ਦਾ ਪੇਚਾ ਪੈ ਚੁੱਕਾ ਹੈਗਾ, ਔਰ ਚੰਡੀਗੜ੍ਹ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਇੱਕ ਦੋ ਘਰ ਛੱਡ ਕੇ CCTV ਕੈਮਰੇ ਲੱਗੇ ਹੋਏ ਨੇ ਅਤੇ ਲੱਗਦਾ ਕਿ ਇਸ ਮਸਲੇ ਦੇ ਵਿੱਚ ਪਰਦਾ ਜਲਦੀ ਚੁੱਕਿਆ ਜਾਊਗਾ ਕਿ ਕੌਣ ਲੋਕ ਨੇ, ਪੁਲਿਸ ਪਾਰਟੀ ਜਿਹੜੀ ਪਹਿਲਾਂ ਆਈ ਸੀ ਉਹ ਕੌਣ ਲੋਕ ਨੇ, ਕਿੰਨੇ ਭੇਜੇ ਸੀ ਅਤੇ ਕੀ ਉਹਨਾਂ ਤੋਂ ਬਾਅਦ ਜਿਹੜੇ ਲੋਕ ਦੁਬਾਰਾ ਉਸ ਗੱਡੀ ਦੇ ਨੇੜੇ ਤੇੜੇ ਆਏ ਨੇ, ਕੀ ਕਿਸੇ ਨੇ ਕਿਵੇਂ ਨਕਲੀ ਚਾਬੀ ਲਾ ਕੇ ਕੀ ਉਹਦੇ 'ਚ ਡਰੱਗ ਰੱਖੀ ਹੋਊਗੀ, ਉਹਦੀ ਗੰਨਾ ਉਹਨਾਂ ਦੀ ਐਡਵੋਕੇਟ ਦੀ ਗੱਡੀ 'ਚ ਨਸ਼ਾ ਕਿਵੇਂ ਪਹੁੰਚਿਆ, ਇਹ ਜਾਂਚ ਦਾ ਵਿਸ਼ਾ ਬਣ ਚੁੱਕਾ। ਲੇਕਿਨ ਮਸਲਾ ਕਿ ਚੰਡੀਗੜ੍ਹ ਪੁਲਿਸ ਅਤੇ ਵਕੀਲਾਂ ਦੀ ਪਹਿਲਾਂ ਹੀ ਕਈ ਮਸਲਿਆਂ ਵਿੱਚ ਇਹ ਆਹਮਣੇ ਸਾਹਮਣੇ ਆ ਚੁੱਕੇ ਨੇ, ਕਾਫੀ ਇੱਕ ਦੂਜੇ ਦੇ ਖਿਲਾਫ ਕਾਰਵਾਈ ਵੀ ਕਰਦੇ ਰਹਿੰਦੇ ਨੇ, ਪਰ ਆਹ ਇੱਕ ਨਵਾਂ ਮਸਲਾ ਆ ਗਿਆ ਕਿ ਵਕੀਲ ਦੀ ਗੱਡੀ 'ਚੋਂ ਨਸ਼ਾ ਮਿਲਿਆ ਹੋਵੇ, ਅਤੇ ਇਸ ਮਸਲੇ 'ਚ ਸਾਰੇ ਵਕੀਲ ਇਕੱਠੇ ਹੋ ਗਏ ਨੇ ਕਿ ਇੱਕ ਸਾਜਿਸ਼ ਆ, ਵਕੀਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ, ਔਰ ਵਕੀਲਾਂ 'ਤੇ ਹਮਲਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਇਸੇ ਦੇਰ ਦੇਖਦੇ ਰਹੋ ABC ਪੰਜਾਬ। ਧੰਨਵਾਦ।